ਮੇਰਾ ਨਾਮ ਨੰਦ ਲਾਲ ਹੈਗਾ ਜੀ ਅਤੇ ਮੈਂ ਇਹਨਾਂ ਸਾਰੀਆਂ ਕੁਲੀਆਂ ਦਾ ਪ੍ਰਧਾਨ ਹਾਂ ਅਤੇ ਸਾਨੂੰ ਪਤਾ ਲੱਗਾ ਕਿ ਸਾਡੇ ਵਿੱਚ ਰਜਿੰਦਰ ਸਿੰਘ ਜੀ ਜਿਹੜੇ ਕਿ ਮਹਾਂਸੰਘ ਸਭਾ ਯੁੱਧ ਦੇ ਪ੍ਰਧਾਨ ਨੇ ਅਤੇ ਉਹ ਸਾਡੀ ਮਦਦ ਲਈ ਆਏ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਲਈ ਸੰਘਰਸ਼ ਕਰਦੇ ਆ, ਬੜੀ ਖੁਸ਼ੀ ਦੀ ਗੱਲ ਆ। ਨਹੀਂ ਤਾਂ ਇਹੋ ਜਿਹੇ ਬੜੇ ਬੰਦੇ ਨੇ, ਸਾਰੇ ਆਪਣੀ ਜ਼ਿੰਦਗੀਆਂ ਜੀਂਦੇ ਆ ਮਗਰ ਕੋਈ ਇੱਦਾਂ ਦਾ ਸੰਘਰਸ਼ ਨਹੀਂ ਕਰਦਾ। ਜਿਹੜੀ ਆ ਜਿਹੜੀ ਨੀਵੀਆਂ ਕੌਮਾਂ ਨੇ ਇਹਨਾਂ ਦੇ ਲਈ ਉਹ ਸੰਘਰਸ਼ ਕਰਦੇ ਆ, ਆਪਣੇ ਸਾਰੇ ਕਾਰੋਬਾਰ ਨੂੰ ਛੱਡ ਕੇ ਉਹ ਗਰੀਬਾਂ ਲਈ ਲੜਦੇ ਆ। ਅਜੀ ਉਹਦਾ ਜੀਆਂ ਆਖਦੇ ਆ। ਯੈਸ, ਅਖਿਲ ਭਾਰਤੀ ਮਹਾਂਸੰਘ ਦੇ ਮੈਂ ਸੂਬਾ ਪ੍ਰਧਾਨ ਅਤੇ ਓਪਨ ਚੇਅਰਮੈਨ। ਜਦੋਂ ਦਾ ਮੈਂ ਇਸ ਕੰਮ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਜੁਟਿਆ ਹੋਇਆ, ਸੜਕਾਂ ਦੇ ਝੋਪੜੀਆਂ ਜਾਂ ਸਾਰੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਮੁੱਖ ਅਲੈਦਾ ਕਰਨ ਵਾਸਤੇ ਝੋਪੜੀ ਝੁੱਗੀ ਖਤਮ ਕਰਨ ਵਾਸਤੇ ਮੈਂ ਬੇੜਾ ਚੱਕਿਆ। ਵਾਰ ਵਾਰ ਮੈਂ ਸਰਕਾਰਾਂ ਨੂੰ, ਬਾਦਲ ਸਰਕਾਰ ਨੂੰ ਅਪੀਲ ਕਰਦਾ ਰਹਾ ਵੀ ਇਹਨਾਂ ਨੂੰ ਘਰ ਦੇ ਕੇ, ਬਿਜਲੀ ਪਾਣੀ ਦੇ ਕੇ ਜੋ ਤੁਸੀਂ ਵਾਅਦਾ ਕੀਤਾ ਸੀਗਾ ਉਹ ਤੁਸੀਂ ਪੂਰਾ ਨਹੀਂ ਕੀਤਾ। ਦਰਅਸਲ ਤੁਸੀਂ ਰਾਜ ਕੀਤਾ ਪੰਜਾਬ ਦੇ ਵਿੱਚ, ਲੇਕਿਨ ਗਰੀਬਾਂ ਦਾ ਨਾ ਹੀ ਤੁਸੀਂ ਘਰ ਬਣਾ ਕੇ ਦਿੱਤਾ, ਨਾ ਹੀ ਤੁਸੀਂ ਜਗ੍ਹਾ ਦਿੱਤੀ ਹੈ।